ਸਤਿ ਸ਼੍ਰੀ ਅਕਾਲ, SMZ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ। ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ। ਮੋਹਾਲੀ 'ਚ ਬਣਿਆ ਪੰਜਾਬ ਦਾ ਪਹਿਲਾ ਲੀਵਰ ਇੰਸਟੀਚਿਊਟ ਸੀਐਮ ਭਗਵੰਤ ਮਾਨ ਅੱਜ ਕਰਨਗੇ ਉਦਘਾਟਨ। ਕਿਸਾਨਾਂ ਦੇ ਦਿੱਲੀ ਕੂਚ ਤੇ ਅੱਜ ਹੋਵੇਗਾ ਵੱਡਾ ਐਲਾਨ। ਸ਼ੰਭੂ ਬਾਰਡਰ ਤੇ ਕਿਸਾਨ ਕਰਨਗੇ ਸਾਂਝੀ ਮੀਟਿੰਗ। MP ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਸਣੇ ਸੰਜੇ ਤਲਵਾੜ ਤੇ FIR ਦਰਜ। ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਤੇ ਨਗਰ ਨਿਗਮ ਦੇ ਗੇਟ ਤੇ ਲਗਾਇਆ ਸੀ ਤਾਲਾ। ਕਿਸਾਨ ਸ਼ੁਭਕਰਨ ਦੇ ਕੇਸ 'ਚ IG ਸੁਖਚੈਨ ਗਿੱਲ ਦਾ ਵੱਡਾ ਬਿਆਨ। ਸ਼ੁਭਕਰਨ ਦੀ ਭੈਣ ਨੂੰ ਦਿੱਤੀ ਜਾਵੇਗੀ ਪੁਲਿਸ 'ਚ ਨੌਕਰੀ। ਨੌਜਵਾਨਾਂ ਲਈ ਖੁਸ਼ਖਬਰੀ, ਪੰਜਾਬ ਪੁਲਿਸ 'ਚ 1800 ਕਾਂਸਟੇਬਲਾਂ ਦੀ ਹੋਵੇਗੀ ਭਰਤੀ। 14 ਮਾਰਚ ਤੋਂ ਕਰ ਸਕਦੇ ਹੋ ਅਪਲਾਈ। ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, 35,000 ਰਿਸ਼ਵਤ ਲੈਂਦਾ ਮਹਿਲ ਕਲਾਂ ਦੇ ਮਾਲ ਵਿਭਾਗ ਦਾ ਤਕਨੀਕੀ ਸਹਾਇਕ ਕੀਤਾ ਕਾਬੂ। ਮੋਹਾਲੀ 'ਚ ਗੈਂਗਸਟਰ ਬਨਵਾਰੀ ਦਾ ਐਨਕਾਊਂਟਰ, ਲੱਤ 'ਚ ਲੱਗੀ ਗੋਲੀ, ਦੂਜਾ ਗੈਂਗਸਟਰ ਹੋਇਆ ਫਰਾਰ। ਪੰਜਾਬ ਪੁਲਿਸ ਨਾਲ ਸਾਂਝੀ ਮੁਹਿੰਮ 'ਚ BSF ਨੂੰ ਮਿਲੀ ਸਫਲਤਾ। ਤਰਨ ਤਾਰਨ 'ਚ ਬਰਾਮਦ ਕੀਤਾ ਪਾਕਿਸਤਾਨੀ ਡਰੋਨ। ਮਈ ਜੂਨ 2029 'ਚ ਇਕੱਠੀਆਂ ਹੋ ਸਕਦੀਆਂ ਹਨ ਚੋਣਾਂ। ਸੰਵਿਧਾਨ 'ਚ ਇੱਕ ਦੇਸ਼ ਇੱਕ ਚੋਣ ਤੇ ਨਵਾਂ ਅਧਿਆਇ ਜੋੜਨ ਤੋਂ ਬਾਅਦ ਸੰਭਵ ਹੋ ਸਕੇਗੀ ਇਹ ਪ੍ਰਕਿਰਿਆ। ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, ਸੜਕ ਤੇ ਲਾਸ਼ ਰੱਖ ਕੇ ਮੁਜ਼ਾਹਰਾ ਕਰਨਾ ਅਪਰਾਧ। 5 ਸਾਲ ਤੱਕ ਦੀ ਜੇਲ੍ਹ ਤੇ 1,00,000 ਰੁਪਏ ਤੱਕ ਦਾ ਹੋਵੇਗਾ ਜੁਰਮਾਨਾ। ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਤੇ ਹੋਵੇਗਾ ਵੱਡਾ ਐਕਸ਼ਨ। ਪਾਸਪੋਰਟ ਤੇ ਵੀਜ਼ਾ ਕੀਤੇ ਜਾਣਗੇ ਰੱਦ। ਹਰਿਆਣਾ ਸਰਕਾਰ ਕਰਨ ਜਾ ਰਹੀ ਹੈ ਵੱਡੀ ਕਾਰਵਾਈ। ਮੱਧ ਪ੍ਰਦੇਸ਼ ਤੇ ਡਿੰਡੋਰੀ 'ਚ ਭਿਆਨਕ ਸੜਕ ਹਾਦਸਾ, ਪਿਕਅਪ ਗੱਡੀ ਪਲਟਣ ਕਾਰਨ 14 ਲੋਕਾਂ ਦੀ ਹੋਈ ਮੌਤ ਤੇ 20 ਲੋਕ ਹੋਏ ਜ਼ਖਮੀ। ਵਿਕਰਮਾਦਿੱਤਿਆ ਨੇ ਵਾਪਸ ਲਿਆ ਅਸਤੀਫਾ, ਵੱਡੇ ਭਰਾ ਸੁੱਖੂ ਦਾ ਰੱਖਿਆ ਮਾਣ। CM ਨੇ ਕਿਹਾ ਸੀ ਛੋਟੇ ਨੂੰ ਮਨਾ ਲਵਾਂਗਾ। ਕੇਂਦਰ ਨੇ ਜੰਮੂ ਕਸ਼ਮੀਰ 'ਚ ਮੁਸਲਿਮ ਕਾਨਫਰੰਸ ਦੇ 2 ਧੜਿਆਂ ਦੀ ਲਾਈ ਪਾਬੰਦੀ। ਸ਼ਾਹ ਨੇ ਕਿਹਾ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀ ਨੂੰ ਭੁਗਤਣੇ ਪੈਣਗੇ ਨਤੀਜੇ। ਜਾਮਤਾੜਾ 'ਚ ਦਰਦਨਾਕ ਹਾਦਸਾ, ਟ੍ਰੇਨ 'ਚ ਅੱਗ ਲੱਗਣ ਦੀ ਸੂਚਨਾ ਤੇ ਸਵਾਰਿਆਂ ਨੇ ਛਾਲ ਮਾਰੀ। ਸਾਹਮਣੇ ਤੋਂ ਆ ਰਹੀ ਸੀ ਚਾਜਾ ਅਸਨਸੋਲ ਟ੍ਰੇਨ, 12 ਜਣਿਆਂ ਦੀ ਹੋਈ ਮੌਤ। ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ 6 ਮਹੀਨੇ ਬਾਅਦ ਵੀ ਆਪਣੇ ਆਪ ਖਤਮ ਨਹੀਂ ਹੋਵੇਗਾ ਕੋਰਟ ਦਾ ਸਟੇ ਆਰਡਰ। ਏਅਰਟੈਲ ਦੇ ਮਾਲਕ ਸੁਨੀਲ ਭਾਰਤੀ ਮਿੱਤਲ ਨੂੰ ਬਰਤਾਨੀਆ ਦਾ ਆਨਰੇਰੀ ਨਾਈਟਹੁੱਡ ਦਾ ਮਿਲਿਆ ਸਨਮਾਨ। ਅਵਾਰਡ ਹਾਸਲ ਕਰਨ ਵਾਲੇ ਬਣੇ ਪਹਿਲੇ ਭਾਰਤੀ। ਅੰਮ੍ਰਿਤਸਰ 'ਚ ਬਣਿਆ ਦੁਨੀਆਂ ਦਾ ਸਭ ਤੋਂ ਵੱਡਾ ਪਰੌਠਾ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਮ ਹੋਇਆ ਦਰਜ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲੁੱਟ ਖਸੂਟ ਕਰਨ ਵਾਲੇ ਸਕੂਲਾਂ ਨੂੰ ਦਿੱਤੀ ਚੇਤਾਵਨੀ। ਅਜਿਹੇ ਵਿਦੇਕ ਅਦਾਇਰੇ ਨੂੰ ਬੰਦ ਕਰਨ ਦੇ ਦਿੱਤੇ ਹੁਕਮ। ਐਲੋਨ ਮਸਕ ਦੇ ਐਕਸ ਪਲੇਟਫਾਰਮ ਤੇ ਵੱਡਾ ਅਪਡੇਟ, ਯੂਜ਼ਰਸ ਨੂੰ ਮੁਫਤ 'ਚ ਮਿਲੇਗੀ ਸਾਰੇ ਆਡੀਓ ਤੇ ਵੀਡੀਓ ਕਾਲ ਦੀ ਵਿਸ਼ੇਸ਼ ਸਹੂਲਤ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੈਨੂੰ ਦਿਓ ਇਜਾਜ਼ਤ, ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ। ਦੇਖਦੇ ਰਹੋ SMZ ਨਿਊਜ਼।